ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਛੇਮਾ ਤੀਜੇ ਕਾਂਡ ਦਾ ਪੰਜਵਾਂ ਭਾਗ ਗਰੜੂ ਪੁਰਾਣ ਦਾ ਮਨੁੱਖੀ ਜੀਵਨ ਤੇ ਪ੍ਰਭਾਵ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਦਭੁਤ ਗ੍ਰੰਥ ਵਿੱਚਲੇ ਕਿਰਿਆ ਕਰਮ ਦੇ ਨਾਮ ਹੇਠ ਬਣਾਏ ਪਰਮਾਉ ਮਾਇਆ ਜਾਲ ਨੂੰ ਅਜਹੀ ਹੁਸ਼ਿਆਰੀ ਅਤੇ ਚੁਤرائی ਨਾਲ ਤਿਆਰ ਕੀਤਾ ਹੋਇਆ ਹੈ ਕਿ ਮਨੁੱਖਾਂ ਨੇ ਇਸ ਤੋਂ ਡੂੰਗਾ ਅਤੇ ਬੜਾ ਦੂਰ ਰਸ ਪ੍ਰਭਾਵ ਕਬੂਲ ਕਰ ਲਿਆ ਮਨੁੱਖਾਂ ਨੂੰ ਸਦੀਵੀ ਤੌਰ ਤੇ ਇਸ ਗੰਭੀਰ ਮਾਇਆ ਜਾਲ ਵਿੱਚ ਫਸਾਈ ਰੱਖਣ ਲਈ ਬ੍ਰਾਹਮਣ ਲਖਾਰੀ ਨੇ ਇਸ ਗ੍ਰੰਥ ਦੀ ਸਿਰਜਣਾ ਵਿੱਚ ਜਿਹੜੀਆਂ ਉਚੇਚੀਆਂ ਵਿਧੀਆਂ ਵਰਤੀਆਂ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਪਹਿਲਿਆਂ ਤਿੰਨ ਅਧਿਆਵਾਂ ਵਿੱਚ ਜਮ ਮਾਰਗ ਜਮ ਲੋਕ ਵੈਤਰਣੀ ਨਦੀ ਸਾਲਮਲੀ ਬ੍ਰਿਸ਼ ਆਦ ਦੇ ਭਿਆਨਕ ਕਸ਼ਟਾਂ ਦਾ ਜ਼ਿਕਰ ਅਜਿਹੇ ਸ਼ਬਦਾਂ ਦੁਆਰਾ ਕੀਤਾ ਹੈ ਕਿ ਚੰਗਾ ਭਲਾ ਸਿਆਣਾ ਮਨੁੱਖ ਵੀ ਭੈ ਭੀਤ ਹੋਣੋਂ ਨਹੀਂ ਬਚ ਸਕਦਾ ਜਮਦੂਤ ਚਿਤਰਗੁਪਤ ਅਤੇ ਧਰਮਰਾਜ ਦਾ ਬੜਾ ਭਿਆਨਕ ਰੂਪ ਦਰਸਾਇਆ ਗਿਆ ਹੈ ਫਿਰ ਨਰਕਾਂ ਦੀ ਗਿਣਤੀ 1 ਲੱਖ 10 ਕੇ 21 ਨਰਕਾਂ ਦੇ ਮਨ ਘੜਤ ਜਿਹੇ ਨਾਮ ਵੀ ਲਿਖ ਦਿੱਤੇ ਪਾਪੀਆਂ ਨੂੰ ਹਹਾਕਾਰ ਕਰਦੇ ਦਰਸਾਉਣ ਵਿੱਚ ਵੀ ਕਮਾਲ ਦੀ ਹੁਸ਼ਿਆਰੀ ਵਰਤੀ ਹੈ ਸਾਰੇ ਹੀ ਪਾਪੀ ਵਿਸ਼ੇਸ਼ ਕਰਕੇ ਉਹਨਾਂ ਫੋਕਟ ਕਰਮ ਕਾਂਡਾਂ ਨੂੰ ਨਾਲ ਕਰ ਸਕਣ ਦੀ ਭੁੱਲ ਕਾਰਨ ਹੀ ਪਛਤਾਉਂਦੇ ਦਿਸਦੇ ਹਨ ਜਿਹੜੇ ਵਾਸਤਵ ਵਿੱਚ ਬ੍ਰਾਹਮਣੀ ਲੋਟ ਨੀਤੀ ਦੀ ਹੀ ਉਪਜ ਸਨ ਜਿਵੇਂ ਹਾਈ ਮੈਂ ਦੇਵੀ ਦੇਵਤੇ ਕਿਉਂ ਨਾ ਪੂਜੇ ਹਾਈ ਮੈਂ ਗੰਗਾ ਜਮਨਾ ਤੀਰਥਾਂ ਤੇ ਇਸ਼ਨਾਨ ਕਿਉਂ ਨਾ ਕੀਤਾ ਹਾਈ ਮੈਂ ਬ੍ਰਾਹਮਣਾਂ ਨੂੰ ਗਊਦਾਨ ਜਾਂ ਹੋਰ ਪਦਾਰਥਾਂ ਦਾ ਦਾਨ ਕਿਉਂ ਨਾ ਕੀਤਾ ਹਾਈ ਮੈਂ ਪੁਰਾਣਾ ਦੀ ਕਥਾ ਕਿਉਂ ਨਾ ਸੁਣੀ ਹਾਏ ਮੈਂ ਪਤੀ ਨਾਲ ਸਤੀ ਕਿਉਂ ਨਾ ਹੋਈ ਹਾਏ ਮੈਂ ਵਰਤ ਕਿਉਂ ਨਾ ਰੱਖੇ ਆਦ ਪਾਪੀ ਮਰਦਾਂ ਅਤੇ ਏਸਤਰੀਆਂ ਦੀ ਹਹਾਕਾਰ ਸਾਰੀ ਦੀ ਸਾਰੀ ਬ੍ਰਾਹਮਣ ਦੀ ਮਰਜ਼ੀ ਦੇ ਅਨੁਕੂਲ ਹੋ ਰਹੀ ਨਜ਼ਰ ਆਉਂਦੀ ਹੈ ਬ੍ਰਾਹਮਣ ਦੇ ਮਾਇਆ ਜਾਲ ਦਾ ਵਿਸਥਾਰ ਏਡਾ ਵਿਸ਼ਾਲ ਅਤੇ ਯੋਜਨਾਬੱਧ ਹੈ ਕਿ ਵਿਪਰਨ ਕੀ ਰੀਤ ਦੇ ਹਰ ਨਵੇਂ ਨਿਜਮ ਵਿੱਚ ਮਾਇਆ ਜਾਲ ਦੀਆਂ ਤੰਦਾਂ ਆਪਸ ਵਿੱਚ ਪਲਚੀਆਂ ਹੋਈਆਂ ਸਪਸ਼ਟ ਨਜ਼ਰ ਆਉਂਦੀਆਂ ਹਨ ਜਿਸ ਦਾ ਹੀ ਕਾਰਨ ਹੈ ਕਿ ਮਨੁੱਖੀ ਸੋਚ ਬ੍ਰਾਹਮਣ ਦੇ ਮਾਇਆ ਜਾਲ ਵਿੱਚ ਨਿਰੰਤਰ ਫਸਦੀ ਹੀ ਤੁਰੀ ਜਾਂਦੀ ਹੈ। ਨੰਬਰ 2 ਫਿਰ ਅਜਿਹਾ ਕੁਝ ਵਰਣਨ ਕਰਨ ਵਾਲਾ ਦੁਨਿਆਵੀ ਮਨੁੱਖ ਨਹੀਂ ਹੈ। ਸਗੋਂ ਅੰਡਿੱਠੀ ਦੁਨੀਆ ਸਮੇਤ ਸਾਰੇ ਸੰਸਾਰ ਦੇ ਕਥ ਤੌਰ ਤੇ ਰਚਨਹਾਰੇ ਭਗਵਾਨ ਵਿਸ਼ਨੂੰ ਜੀ ਆਪ ਹੀ ਸਾਰੇ ਵੇਰਵੇ ਗਰੜ ਜੀ ਨੂੰ ਸਮਝਾ ਰਹੇ ਹਨ। ਭਿਆਨਕ ਦੁੱਖਾਂ ਦਾ ਹਾਲ ਸੁਣ ਕੇ ਗਰੜ ਭਗਵਾਨ ਜੀ ਨੂੰ ਵੀ ਡਰ ਨਾਲ ਥਰ-ਥਰ ਕੰਬਦੇ ਦਰਸਾਇਆ ਹੈ। ਧਾਰਮਿਕ ਭਾਵਨਾ ਵਾਲਾ ਮਨੁੱਖ ਗਰੜ ਪੁਰਾਣ ਦੇ ਹਰ ਅੱਖਰ ਨੂੰ ਰੱਬੀ ਹੁਕਮ ਮੰਨ ਕੇ ਇਸ ਦਾ ਡੂੰਗਾ ਅਸਰ ਕਬੂਲ ਕਰ ਲੈਣ ਤੋਂ ਬਚਿਆ ਨਹੀਂ ਰਹਿ ਸਕਦਾ ਨੰਬਰ 3 ਵਿਸ਼ਨੂੰ ਭਗਵਾਨ ਜੀ ਦੇ ਆਪਣੇ ਮੁਖਾਰਬਿੰਦ ਦਾ ਉਪਦੇਸ਼ ਹੋਣ ਕਰਕੇ ਮਨੁੱਖ ਨੇ ਇਸ ਸਭ ਕੁਝ ਦਾ ਇਨਾ ਅਸਰ ਕਬੂਲ ਲਿਆ ਹੈ ਕਿ Hindu ਧਰਮ ਦੇ ਪ੍ਰਭਾਵ ਹੇਠ ਆਏ ਭਾਰਤੀ ਮਨੁੱਖ ਨੇ ਬੜੇ ਥੋੜੇ ਭਾਗਾਂ ਵਾਲਿਆਂ ਨੂੰ ਛੱਡ ਕੇ ਲਗਭਗ ਸਾਰੇ ਗੁਰਸਿੱਖਾਂ ਸਮੇਤ ਅੱਜ ਤੱਕ ਹੀਟ ਲਿਖੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੀ ਅਨੁਭਵ ਨਹੀਂ ਕੀਤੀ। ਭਾਗੂੜਾ 2 ਯੋਜਨ 4 ਕੋ 6 ਮੀਲ ਚੌੜੀ ਅਤੇ 500 ਯੋਜਨ ਲੰਬੀ ਕਥਤ ਵਹਿ ਤਰਣੀ ਨਦੀ ਵਿੱਚ ਇੰਨੇ ਗਰਮ ਲਹੂ ਮਿੱਜ ਦਾ ਗਾਰਾ ਕਿੱਥੋਂ ਆ ਸਕਦਾ ਸੀ? ਕਿ ਉਹ ਸਦਾ ਠਾਠਾ ਮਾਰਦੀ ਅਤੇ ਉਬਾਲੇ ਖਾਂਦੀ ਰਹਿੰਦੀ ਹੈ। ਭਾਗੜਾ ਜਿਸ ਨਦੀ ਵਿੱਚ ਜਾਨਵਰਾਂ ਦੇ ਬੈਠਣ ਲਈ ਕੋਈ ਟਿੱਬਾ ਜਾਂ ਕੋਈ ਰੁੱਖ ਹੈ ਹੀ ਨਹੀਂ ਸੀ। ਉਥੇ ਕਾਂ ਗਿਰ ਜਾਂ ਬਗਿਆੜ ਅਠੂਹੇ ਸਪਾਦ ਖੁਸ਼ਕੀ ਦੇ ਜਾਨਵਰ ਨਦੀ ਵਿਚਲੇ ਲਹੂ ਮਿਜਦੇ ਗਾਰੇ ਦੇ ਡੂੰਗੇ ਅਤੇ ਉਬਾਲੇ ਖਾਂਦੇ ਹੜ ਵਿੱਚ ਕਿਵੇਂ ਰਹਿ ਸਕਦੇ ਹਨ ਇਹ ਸਾਰੇ ਪਸ਼ੂ ਪੰਛੀ ਆਦ ਕਿਹੜੇ ਦੋਸ਼ਾਂ ਦੇ ਕਾਰਨ ਏਡੇ ਨਰਕੀ ਗੰਧ ਵਿੱਚ ਰੱਖੇ ਹੋਏ ਹਨ ਏਡੀ ਇਹ ਵਿਚਾਰ ਵੀ ਨਹੀਂ ਆਈ ਕਿ ਅਜਿਹੇ ਜ਼ਹਿਰੀਲੇ ਅਤੇ ਲਹੂ ਪੀਣੇ ਜਾਨਵਰਾਂ ਨੇ ਮਨੁੱਖਾ ਸਰੀਰ ਦਾ ਮਾਸ ਖਾਣਾ ਅਤੇ ਲਹੂ ਪੀਣਾ ਹੁੰਦਾ ਹੈ ਇਹਨਾਂ ਸ਼ੇਰਾਂ अथवा ਸੱਪਾਂ ਆਦ ਦਾ ਡਰ ਤਾਂ ਦੇਹ ਨੂੰ ਹੀ ਹੈ ਜਦ ਆਤਮਾ ਦਾ ਸਰੀਰ ਹੀ ਕੋਈ ਨਹੀਂ ਤਾਂ ਉਸ ਨੂੰ ਮਾਸ ਖਾਦੇ ਜਾਣ ਦਾ ਜਾਂ ਲਹੂ ਪੀਤੇ ਜਾਣ ਦਾ ਡਰ ਕਿਵੇਂ ਰਿਹਾ ਫਿਰ ਜਿਸ ਮਨੁੱਖਾ ਸਰੀਰ ਲਈ ਮੌਤ ਬਣੀ ਹੈ ਉਹ ਤਾਂ ਪਹਿਲਾਂ ਹੀ ਮਰ ਕੇ ਆਗ ਵਿੱਚ ਸੜ ਚੁੱਕਾ ਹੈ ਆਤਮਾ ਤਾਂ ਹੈ ਹੀ ਅਮਰ ਉਸ ਨੂੰ ਅਜਿਹੇ ਡਰਾਉਣੇ ਜਾਨਵਰਾਂ ਨਾਲ ਕੀ ਵਾਸਤਾ ਨੰਬਰ 4 ਗਰੁੜ ਪੁਰਾਣ ਦੇ ਅਜਬ ਉਦ ਲਿਖਣ ਢੰਗ ਦੇ ਕਾਰਨ ਵਹ ਤਰਣੀ ਨਦੀ ਤੋਂ ਮਿਲਦੇ ਦੁੱਖਾਂ ਤੋਂ ਬਚ ਸਕਣ ਦੀ ਲਾਲਸਾ ਅਗਿਆਨੀ ਮਨੋਖ ਦੇ ਮਨ ਵਿੱਚ ਪੈਦਾ ਹੋ ਜਾਣੀ ਕੁਦਰਤੀ ਗੱਲ ਸੀ ਚਾਤਰ ਬ੍ਰਾਹਮਣ ਨੇ ਦੂਜੇ ਅਧਿਆਏ ਵਿੱਚ ਹੀ ਇਸ਼ਾਰਾ ਕਰ ਦਿੱਤਾ ਕਿ ਬ੍ਰਾਹਮਣਾਂ ਨੂੰ ਕੀਤੇ ਦਾਨ ਦੀ ਸ਼ਕਤੀ ਨਾਲ ਹੀ ਵਹ ਤਰਣੀ ਨਦੀ ਪਾਰ ਕੀਤੀ ਜਾ ਸਕਦੀ ਹੈ ਫਿਰ 13ਵੇਂ ਅਧਿਆਏ ਤਾਈਂ ਕਈ ਪ੍ਰਕਾਰ ਦੇ ਪਿੰਡ ਦਾਨ ਗਊ ਦਾਨ ਵੱਛਾ ਛੱਡਣ ਦੇ ਨਾਲ ਕੀਤੇ ਜਾਣ ਵਾਲੇ ਦਾਨ ਸ਼ਰਾਧਾਂ ਸਮੇਂ ਦਕਸ਼ਣਾ ਵਿੱਚ ਵੱਧ ਤੋਂ ਵੱਧ ਮਾਇਆ ਤੇ ਪਦਾਰਥਾਂ ਦਾ ਦਾਨ ਘੜਾ ਦਾਨ ਸੇਜਾ ਦਾਨ ਪਦ ਦਾਨ ਘਰਾ ਦਾ ਦਾਨ ਅਤੇ ਫਿਰ ਆਪਣੇ ਸਰੀਰ ਦੀ ਬਲੀ ਦੇ ਦੇਣ ਨੂੰ ਸਭ ਤੋਂ ਉੱਤਮ ਸਦਾ ਵਾਸਤੇ ਸਵਰਗ ਦੇਣ ਵਾਲਾ ਦਾਨ ਕਹਿ ਕੇ ਬ੍ਰਾਹਮਣ ਨੇ ਲੋਕਾਂ ਦੀ ਜਾਨ ਲੈਣੀ ਵੀ ਆਰੰਭ ਕਰ ਦਿੱਤੀ ਨਰਕਾਂ ਤੋਂ ਬਚ ਕੇ ਸਿੱਧਾ ਸੁਰਗਾਂ ਵਿੱਚ ਜਾ ਬਿਰਾਜਣ ਦੀ ਲਾਲਸਾ ਵਿੱਚ ਕਈ ਅਗਿਆਨੀ अथवा ਭੋਲੇ ਭਾਲੇ ਮਨੁੱਖ ਆਪਣੀਆਂ ਜਾਨਾਂ ਗਵਾ ਬੈਠੇ ਸਨ ਬਨਾਰਸ ਵਿੱਚ ਰੱਖੇ ਕਰਵਤ ਪ੍ਰਿਆਗ ਵਿੱਚ ਲੈ ਕਰਵਤ ਅਤੇ ਬੱਟ ਦੇ ਰੋਖ ਨਾਲ ਜਗਨਨਾਥ ਪੁਰੀ ਵਿੱਚ ਰੱਥ ਹੀਠ ਆ ਕੇ ਮਰਦੇ ਰਹਿਣ ਦੀ ਮੌਤ ਦਾ ਕਾਰਨ ਸੁਰਗਾਂ ਦੀ ਪ੍ਰਾਪਤੀ ਦਾ ਝੂਠਾ ਵਿਸ਼ਵਾਸ ਇਸ ਕੰਮ ਕਰਦਾ ਆ ਰਿਹਾ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਪੁਰਾਣ ਵਿੱਚ ਪਾਪਾਂ ਦਾ ਨਾਸ਼ ਕਰਕੇ ਸੁੱਖਾਂ ਦਾ अथवा ਸਦਗਤੀ ਦੀ ਪ੍ਰਾਪਤੀ ਦਾ ਕੇਵਲ ਮਾਤਰ ਸਾਧਨ ਬ੍ਰਾਹਮਣ ਦੀ ਖੁਸ਼ੀ ਹੀ ਦੱਸੀ ਹੋਈ ਹੈ ਅਤੇ ਬ੍ਰਾਹਮਣ ਦੀ ਖੁਸ਼ੀ ਦਾ ਸਾਧਨ ਵੱਖ-ਵੱਖ ਤਰ੍ਹਾਂ ਦੀਆਂ ਕਈ ਵਿਧੀਆਂ ਦੁਆਰਾ ਦਿੱਤਾਦਾਨ ਹੈ ਪ੍ਰਭੂ ਬੜਿਆਈ ਦੀ ਯਾਦ ਵਿੱਚ ਜੁੜਨ ਦਾ अथवा ਉੱਚੇ ਆਚਰਣ ਵਾਲੀ ਸੁੱਚੀ ਜੀਵਨ ਯੁਕਤ ਬਣਾਉਣ ਦਾ ਕਿਸੇ ਇੱਕ ਥਾਂ ਵੀ ਕੋਈ ਇਸ਼ਾਰਾ ਤੱਕ ਨਹੀਂ ਹੈ ਹੋਰ ਵੀ ਬਹੁਤੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬ੍ਰਾਹਮਣ ਨੇ ਜਿਸ ਵਿਸ਼ਨੂੰ ਭਗਵਾਨ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਪਾਲਣਹਾਰ ਮਾਤਾ ਪਿਤਾ ਆਦ ਲਿਖਿਆ ਹੈ ਉਸੇ ਵਿਸ਼ਨੂੰ ਰੱਬ ਜੀ ਦੇ ਮੂੰਹੋਂ ਇਸ ਗ੍ਰੰਥ ਵਿੱਚ ਕਈ ਥਾਈਂ ਬ੍ਰਾਹਮਣ ਨੂੰ ਸੰਸਾਰੀ ਦੀਵਾਂ ਦਾ ਮਾਤਾ ਪਿਤਾ કહਾਇਆ ਹੋਇਆ ਹੈ ਬਾਕੀ ਸਾਰੇ ਅਨਰਥਾਂ ਨਾਲੋਂ ਬ੍ਰਾਹਮਣ ਦੀ ਇਹ ਦਲੇਰੀ ਹੈਰਾਨ ਕਰ ਦੇਣ ਵਾਲੀ ਹੈ ਕਿ ਉਸ ਨੇ ਸੂਦਰ अथवा ਇਸਤਰੀ ਬਾਰੇ ਹੀਠ ਵਾਲੀ ਭਾਸ਼ਾ ਭਗਵਾਨ ਵਿਸ਼ਨੂੰ ਜੀ ਦੇ ਮੂੰਹੋਂ ਹੀ ਬਲਵਾਈ ਹੈ ਅਤੇ ਫਿਰ ਵਿਸ਼ਨੂੰ ਜੀ ਕੋਲੋਂ ਇਥੋਂ ਤੱਕ ਆਖਵਾ ਦਿੱਤਾ ਕਿ ਬ੍ਰਾਹਮਣ ਦੀ ਖੁਸ਼ੀ ਵਿੱਚੋਂ ਹੀ ਮੇਰੀ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਪਾਪਾਂ ਦਾ ਨਾਸ਼ ਕਰ ਸਕਣ ਦੀ ਸ਼ਕਤੀ ਕੇਵਲ ਬ੍ਰਾਹਮਣ ਨੂੰ ਦਿੱਤੇ ਦਾਨ ਵਿੱਚ ਹੀ ਲੁਕੀ ਹੋਈ ਹੈ। ਭਗਵਾਨ ਵਿਸ਼ਨੂੰ ਜੀ ਨੂੰ ਪੱਕਾ ਧੜੇ ਬਾਜ ਪੱਖਪਾਤੀ ਬ੍ਰਾਹਮਣ ਦਾ ਝੋਲੀ ਚੁੱਕ ਅਤੇ ਬੇਅਸੂਲਾ ਗੱਪੀ ਸਿੱਧ ਕਰਨ ਤੋਂ ਲਿਖਾਰੀ ਨੇ ਜਰਾ ਚ ਜ਼ਿਕ ਨਹੀਂ ਕੀਤੀ। ਭਗਵਾਨ ਆਪਣੀ ਹੀ ਔਲਾਦ ਵਿੱਚ ਵਿਤਕਰਾ ਕਰਨ ਵਾਲਾ ਬਣਾ ਦਿੱਤਾ। ਅਜਿਹਿਆਂ ਕਈ ਤਰ੍ਹਾਂ ਦੀਆਂ ਕਮੀਆਂ ਦੇ ਹੁੰਦਿਆਂ ਵੀ ਬਿਪਰਜੀ ਦੀ ਲਿਖਣ ਵਿਧੀ ਦਾ ਹੀ ਕਮਾਲ ਹੈ ਕਿ ਹਜ਼ਾਰਾਂ ਸਾਲਾਂ ਤੋਂ ਆਰੰਭ ਹੋ ਕੇ ਅੱਜ ਸਾਇੰਸ ਦੇ ਯੁੱਗ ਵਿੱਚ ਵੀ ਬ੍ਰਾਹਮਣ ਭਗਤ ਸਾਰੇ ਹਿੰਦੂ ਝੂਠ ਦੀ ਪੂਜਾ ਕਰੀ ਜਾ ਰਹੇ ਹਨ ਬ੍ਰਾਹਮਣ ਦੀ ਲਿਖਣ ਸ਼ੈਲੀ ਦੀ ਜਾਦੂਗਰੀ ਦਾ ਹੀ ਕਮਾਲ ਹੈ ਕਿ ਨਿਆਰੇ ਸਤਿਗੁਰੂ ਨਾਨਕ ਦੀ ਦਾ ਸੇਖ ਵੀ ਪੈਰਾਂ ਤੋਂ ਹਿੱਲ ਚੁੱਕਾ ਹੈ ਸੱਚ ਦੀ ਪਛਾਣ ਮੁੱਢੋਂ ਹੀ ਭੁੱਲ ਜਾਣ ਦਾ ਬੜਾ ਉਜਾਗਰ ਸਬੂਤ ਦਰਬਾਰ ਸਾਹਿਬ ਦੇ ਚੁਗਿਰਦੇ ਵਾਲੇ ਸਰੋਵਰ ਦੇ ਕੰਢੇ ਤੇ ਦੁੱਖ ਭੰਜਨੀ 베ਰੀ ਅਤੇ ਦੀਵਾਲੀ ਵਾਲੀ ਰਾਤ ਦੀਪਮਾਲਾ ਅਤੇ ਆਤਿਸ਼ਬਾਜੀ ਦੁਆਰਾ ਸਤਗੁਰਾਂ ਦੇ ਪਾਵਨ ਦਰਬਾਰ ਦੀ ਥਾਂ ਵਿੱਚ ਮਚ ਰਿਹਾ ਤਕੜਾ ਕੜਮਾਸ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੁ ਓ ਬਾਰੇ ਰਾਮ ਹਮ ਪਾਪੀ ਹਮ ਪਾਪੀ ਹਮ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸ਼ਰਨਾਇਆ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤੜਾਇਆ ਸਤਿਗੁਰ ਭੇਟ ਆਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੂ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੁ ਓ ਬਾਰੇ ਪੰਨਾ 575 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸ਼ੀਮਾ ਤੀਜੇ ਕਾਂਡ ਦਾ ਪੰਜਵਾਂ ਭਾਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਵਾਜ਼ ਗੁਰਜੰਟ ਸਿੰਘ ਨੂੰ ਪੁਆੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ